मसले दे उपर पंजाब सरकार वालों सिख जथेबंदियां नूं सौंपी गई जांच रिपोर्ट तो बाद एक बार फिर तो बेअदबी मसले नूं लैके बयानबाजियां आउणियां शुरू हो चुकियां ने। सुखदेव सिंह ढींसा वालों बादल परिवार दे उपर लगाए गए वड्डे दोषां तो बाद हुण अकाली आगू वालों पलटवार सुखदेव सिंह ढींसा दे उपर ही कीता गया है। इस मौके ते चरणजीत सिंह बराड़ वालों सुखदेव सिंह ढींसा नूं सवाल कीता गया है कि जेकर बेअदबी मसले ते उन्हां वालों बादल परिवार नूं दोषी ठहराया जा रहा है तां 2015 दे विच बेअदबी कांड तो बाद भी ओ अकाली दल पार्टी पासो मंत्री रहे ने, उन्हां वालों वड्डे अहुदियां ते विराजमान रहा गया है तां ओ अहुदे उन्हां वालों क्यों लए गए सन। इस मौके ते चरणजीत सिंह बराड़ वालों आख्या गया कि सुखदेव सिंह ढींसा नूं अजिहे बयान शोभदे नहीं जो पहला अकाली दल पार्टी तो इन्ने वड्डे फायदे लै चुके ने। देखो एक गल है कि सारी उम्र श्रोमणी अकाली दल दे सिर ते पल के वड्डे हो के फायदे लैके अज इहो जिहियां गल्लां करनियां ढींसा साहब नूं मेरा ख्याल शोभदियां नहीं। मेरा एक सवाल है बहुत वड्डे उम्र च ढींसा साहब, मैं तुहानूं वैसे सवाल करदा चंगा नहीं लगदा, पर एक सवाल है कि 2015 दीआं बेअदबी दीआं घटनावां है ते 2016 च सरदार सुखबीर सिंह बादल साहब जां श्रोमणी अकाली दल तों फिर तुसीं राज्यसभा दी मैंबरी क्यों लई, 2017 दे विच फिर तुहाडा फरजंद जिहड़ा कि परमिंदर सिंह ढींसा साहब 2000 च तुसीं घरे सुत्ते पए नूं बाई इलैक्शन च MLA बनाया, फिर दो वारी मंत्री बनाया, 2017 च फिर श्रोमणी अकाली दल दे चोण निशान ते तुसीं सीट बदल के लहरे तों जाके MLA बणे, 2019 ਦੇ ਵਿੱਚ ਫਿਰ ਤੁਸੀਂ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਹੋ ਤੇ ਫਿਰ ਤੁਸੀਂ ਬਾਅਦ ਜਾ ਕੇ ਪਾਰਟੀ ਛੱਡਦੇ ਹੋ। ਅੱਜ ਤੁਸੀਂ ਜਿਹੋ ਜੀਆਂ ਗੱਲਾਂ ਕਰਦੇ ਹੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਉਹਨਾਂ ਦੀ ਜੁੰਡਲੀ ਨੇ ਇਹ ਜਿਹੜੀ ਹੈਗੀ ਹੈ ਬੇਅਦਬੀ ਕਰਾਈ, ਰੱਬ ਨੂੰ ਜਾਣ ਦੇਣੀ ਹੈ। ਇਸ ਕਰਕੇ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਰੱਬ ਨੂੰ ਲੱਗਦੀ ਹੋਵੇ ਜਾਂ ਗੁਰੂ ਮਹਾਰਾਜ ਨੂੰ ਲੱਗਦੀ ਹੋਵੇ। ਅੱਜ ਤਾਂ ਦੋਨੋਂ ਸਰਕਾਰਾਂ ਦੀ ਸਿੱਟ ਨੇ ਵੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਪਾਕ ਤੇ ਬਰੀ ਕਰਤਾ ਹੈ ਤੇ ਤੁਸੀਂ ਅੱਜ ਵੀ ਪਤਾ ਨਹੀਂ ਕਿਹੜੀਆਂ ਤਾਕਤਾਂ ਦੇ ਹੱਥ 'ਚ ਖੇਡ ਕੇ ਕਿਹੋ ਜੀਆਂ ਭੈੜੀਆਂ ਗੱਲਾਂ ਕਰ ਰਹੇ ਹੋ, ਇਹ ਅੱਤ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀ ਇਸ ਮਸਲੇ ਤੇ ਉੱਪਰ ਗੱਲਬਾਤ ਕਰਦਿਆਂ ਹੋਇਆਂ ਸੁਖਵੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਉੱਪਰ ਵੱਡੇ ਦੋਸ਼ ਲਗਾਏ ਗਏ ਸਨ। ਉਹਨਾਂ ਵੱਲੋਂ ਆਖਿਆ ਗਿਆ ਸੀ ਕਿ ਬਾਦਲ ਪਰਿਵਾਰ ਦੀ ਸਰਕਾਰ ਦੇ ਸਮੇਂ ਤੇ ਇਹ ਸਭ ਕੁਝ ਵਾਪਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਟੀਮ ਹੀ ਜ਼ਿੰਮੇਵਾਰ ਹੈ। ਅਤੇ ਇਸੇ ਬਿਆਨ ਦੇ ਉੱਪਰ ਚਰਨਜੀਤ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਤਿੱਖੇ ਜਵਾਬ ਦਿੱਤੇ ਗਏ ਨੇ। ਬਰਗਾੜੀ ਬੇਅਦਬੀ ਮਸਲੇ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਨੂੰ ਸੌਂਪੀ ਗਈ ਜਾਂਚ ਰਿਪੋਰਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਬੇਅਦਬੀ ਮਸਲੇ ਨੂੰ ਲੈ ਕੇ ਬਿਆਨਬਾਜ਼ੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਦੇ ਉੱਪਰ ਲਗਾਏ ਗਏ ਵੱਡੇ ਦੋਸ਼ਾਂ ਤੋਂ ਬਾਅਦ ਹੁਣ ਅਕਾਲੀ ਆਗੂ ਵੱਲੋਂ ਪਲਟਵਾਰ ਸੁਖਦੇਵ ਸਿੰਘ ਢੀਂਡਸਾ ਦੇ ਉੱਪਰ ਹੀ ਕੀਤਾ ਗਿਆ ਹੈ। ਇਸ ਮੌਕੇ ਤੇ ਚਰਨਜੀਤ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸਵਾਲ ਕੀਤਾ ਗਿਆ ਹੈ ਕਿ ਜੇਕਰ ਬੇਅਦਬੀ ਮਸਲੇ ਤੇ ਉਹਨਾਂ ਵੱਲੋਂ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਤਾਂ 2015 ਦੇ ਵਿੱਚ ਬੇਅਦਬੀ ਕਾਂਡ ਤੋਂ ਬਾਅਦ ਵੀ ਉਹ ਅਕਾਲੀ ਦਲ ਪਾਰਟੀ ਪਾਸੋਂ ਮੰਤਰੀ ਰਹੇ ਨੇ, ਉਹਨਾਂ ਵੱਲੋਂ ਵੱਡੇ ਅਹੁਦਿਆਂ ਤੇ ਵਿਰਾਜਮਾਨ ਰਿਹਾ ਗਿਆ ਹੈ ਤਾਂ ਉਹ ਅਹੁਦੇ ਉਹਨਾਂ ਵੱਲੋਂ ਕਿਉਂ ਲਏ ਗਏ ਸਨ। ਇਸ ਮੌਕੇ ਤੇ ਚਰਨਜੀਤ ਸਿੰਘ ਬਰਾੜ ਵੱਲੋਂ ਆਖਿਆ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਅਜਿਹੇ ਬਿਆਨ ਸ਼ੋਭਦੇ ਨਹੀਂ ਜੋ ਪਹਿਲਾਂ ਅਕਾਲੀ ਦਲ ਪਾਰਟੀ ਤੋਂ ਇੰਨੇ ਵੱਡੇ ਫਾਇਦੇ ਲੈ ਚੁੱਕੇ ਨੇ। ਦੇਖੋ ਇੱਕ ਗੱਲ ਹੈ ਕਿ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਪਲ ਕੇ ਵੱਡੇ ਹੋ ਕੇ ਫਾਇਦੇ ਲੈ ਕੇ ਅੱਜ ਇਹੋ ਜਿਹੀਆਂ ਗੱਲਾਂ ਕਰਨੀਆਂ ਢੀਂਡਸਾ ਸਾਹਿਬ ਨੂੰ ਮੇਰਾ ਖਿਆਲ ਸੋਭਦੀਆਂ ਨਹੀਂ। ਮੇਰਾ ਇੱਕ ਸਵਾਲ ਹੈ ਬਹੁਤ ਵੱਡੇ ਉਮਰ ਚ ਢੀਂਡਸਾ ਸਾਹਿਬ, ਮੈਂ ਤੁਹਾਨੂੰ ਵੈਸੇ ਸਵਾਲ ਕਰਦਾ ਚੰਗਾ ਨਹੀਂ ਲੱਗਦਾ, ਪਰ ਇੱਕ ਸਵਾਲ ਹੈ ਕਿ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਹੈ ਤੇ 2016 ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਤੁਸੀਂ ਰਾਜਸਭਾ ਦੀ ਮੈਂਬਰੀ ਕਿਉਂ ਲਈ, 2017 ਦੇ ਵਿੱਚ ਫਿਰ ਤੁਹਾਡਾ ਫਰਜੰਦ ਜਿਹੜਾ ਕਿ ਪਰਮਿੰਦਰ ਸਿੰਘ ਢੀਂਡਸਾ ਸਾਹਿਬ 2000 ਚ ਤੁਸੀਂ ਘਰੇ ਸੁੱਤੇ ਪਏ ਨੂੰ ਬਾਈ ਇਲੈਕਸ਼ਨ ਚ MLA ਬਣਾਇਆ, ਫਿਰ ਦੋ ਵਾਰੀ ਮੰਤਰੀ ਬਣਾਇਆ, 2017 ਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਸੀਟ ਬਦਲ ਕੇ ਲਹਿਰੇ ਤੋਂ ਜਾ ਕੇ MLA ਬਣੇ, 2019 ਦੇ ਵਿੱਚ ਫਿਰ ਤੁਸੀਂ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਹੋ ਤੇ ਫਿਰ ਤੁਸੀਂ ਬਾਅਦ ਜਾ ਕੇ ਪਾਰਟੀ ਛੱਡਦੇ ਹੋ। ਅੱਜ ਤੁਸੀਂ ਜਿਹੋ ਜੀਆਂ ਗੱਲਾਂ ਕਰਦੇ ਹੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਉਹਨਾਂ ਦੀ ਜੁੰਡਲੀ ਨੇ ਇਹ ਜਿਹੜੀ ਹੈਗੀ ਹੈ ਬੇਅਦਬੀ ਕਰਾਈ, ਰੱਬ ਨੂੰ ਜਾਣ ਦੇਣੀ ਹੈ। ਇਸ ਕਰਕੇ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਰੱਬ ਨੂੰ ਲੱਗਦੀ ਹੋਵੇ ਜਾਂ ਗੁਰੂ ਮਹਾਰਾਜ ਨੂੰ ਲੱਗਦੀ ਹੋਵੇ। ਅੱਜ ਤਾਂ ਦੋਨੋਂ ਸਰਕਾਰਾਂ ਦੀ ਸਿੱਟ ਨੇ ਵੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਪਾਕ ਤੇ ਬਰੀ ਕਰਤਾ ਹੈ ਤੇ ਤੁਸੀਂ ਅੱਜ ਵੀ ਪਤਾ ਨਹੀਂ ਕਿਹੜੀਆਂ ਤਾਕਤਾਂ ਦੇ ਹੱਥ 'ਚ ਖੇਡ ਕੇ ਕਿਹੋ ਜੀਆਂ ਭੈੜੀਆਂ ਗੱਲਾਂ ਕਰ ਰਹੇ ਹੋ, ਇਹ ਅੱਤ ਨਿੰਦਣਯੋਗ ਹੈ।
ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀ ਇਸ ਮਸਲੇ ਤੇ ਉੱਪਰ ਗੱਲਬਾਤ ਕਰਦਿਆਂ ਹੋਇਆਂ ਸੁਖਵੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਉੱਪਰ ਵੱਡੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਬਾਦਲ ਪਰਿਵਾਰ ਦੀ ਸਰਕਾਰ ਦੇ ਸਮੇਂ ਤੇ ਇਹ ਸਭ ਕੁਝ ਵਾਪਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਸੁਖਵੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਟੀਮ ਹੀ ਜ਼ਿੰਮੇਵਾਰ ਹੈ। ਅਤੇ ਇਸੇ ਬਿਆਨ ਦੇ ਉੱਪਰ ਚਰਨਜੀਤ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਤਿੱਖੇ ਜਵਾਬ ਦਿੱਤੇ ਗਏ ਨੇ। ਬਰਗਾੜੀ ਬੇਅਦਬੀ ਮਸਲੇ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਨੂੰ ਸੌਂਪੀ ਗਈ ਜਾਂਚ ਰਿਪੋਰਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਬੇਅਦਬੀ ਮਸਲੇ ਨੂੰ ਲੈ ਕੇ ਬਿਆਨਬਾਜ਼ੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਦੇ ਉੱਪਰ ਲਗਾਏ ਗਏ ਵੱਡੇ ਦੋਸ਼ਾਂ ਤੋਂ ਬਾਅਦ ਹੁਣ ਅਕਾਲੀ ਆਗੂ ਵੱਲੋਂ ਪਲਟਵਾਰ ਸੁਖਦੇਵ ਸਿੰਘ ਢੀਂਡਸਾ ਦੇ ਉੱਪਰ ਹੀ ਕੀਤਾ ਗਿਆ ਹੈ। ਇਸ ਮੌਕੇ ਤੇ ਚਰਨਜੀਤ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸਵਾਲ ਕੀਤਾ ਗਿਆ ਹੈ ਕਿ ਜੇਕਰ ਬੇਅਦਬੀ ਮਸਲੇ ਤੇ ਉਨ੍ਹਾਂ ਵੱਲੋਂ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਤਾਂ 2015 ਦੇ ਵਿੱਚ ਬੇਅਦਬੀ ਕਾਂਡ ਤੋਂ ਬਾਅਦ ਵੀ ਉਹ ਅਕਾਲੀ ਦਲ ਪਾਰਟੀ ਪਾਸੋਂ ਮੰਤਰੀ ਰਹੇ ਨੇ, ਉਨ੍ਹਾਂ ਵੱਲੋਂ ਵੱਡੇ ਅਹੁਦਿਆਂ ਤੇ ਵਿਰਾਜਮਾਨ ਰਿਹਾ ਗਿਆ ਹੈ ਤਾਂ ਉਹ ਅਹੁਦੇ ਉਨ੍ਹਾਂ ਵੱਲੋਂ ਕਿਉਂ ਲਏ ਗਏ ਸਨ। ਇਸ ਮੌਕੇ ਤੇ ਚਰਨਜੀਤ ਸਿੰਘ ਬਰਾੜ ਵੱਲੋਂ ਆਖਿਆ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਅਜਿਹੇ ਬਿਆਨ ਸ਼ੋਭਦੇ ਨਹੀਂ ਜੋ ਪਹਿਲਾਂ ਅਕਾਲੀ ਦਲ ਪਾਰਟੀ ਤੋਂ ਇੰਨੇ ਵੱਡੇ ਫਾਇਦੇ ਲੈ ਚੁੱਕੇ ਨੇ। ਦੇਖੋ, ਇੱਕ ਗੱਲ ਹੈ ਕਿ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਪਲ ਕੇ ਵੱਡੇ ਹੋ ਕੇ ਫਾਇਦੇ ਲੈ ਕੇ ਅੱਜ ਇਹੋ ਜਿਹੀਆਂ ਗੱਲਾਂ ਕਰਨੀਆਂ ਢੀਂਡਸਾ ਸਾਹਿਬ ਨੂੰ ਮੇਰੇ ਖਿਆਲ ਸ਼ੋਭਦੀਆਂ ਨਹੀਂ। ਮੇਰਾ ਇੱਕ ਸਵਾਲ ਹੈ, ਬਹੁਤ ਵੱਡੇ ਉਮਰ ਚ ਢੀਂਡਸਾ ਸਾਹਿਬ, ਮੈਂ ਤੁਹਾਨੂੰ ਵੈਸੇ ਸਵਾਲ ਕਰਦਾ ਚੰਗਾ ਨਹੀਂ ਲੱਗਦਾ, ਪਰ ਇੱਕ ਸਵਾਲ ਹੈ ਕਿ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਹੈ ਤੇ 2016 ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਤੁਸੀਂ ਰਾਜ ਸਭਾ ਦੀ ਮੈਂਬਰੀ ਕਿਉਂ ਲਈ? 2017 ਦੇ ਵਿੱਚ ਫਿਰ ਤੁਹਾਡਾ ਫਰਜੰਦ ਜਿਹੜਾ ਕਿ ਪਰਮਿੰਦਰ ਸਿੰਘ ਢੀਂਡਸਾ ਸਾਹਿਬ, 2000 ਚ ਤੁਸੀਂ ਘਰੇ ਸੁੱਤੇ ਪਏ ਨੂੰ ਬਾਈ ਇਲੈਕਸ਼ਨ ਚ MLA ਬਣਾਇਆ, ਫਿਰ ਦੋ ਵਾਰੀ ਮੰਤਰੀ ਬਣਾਇਆ, 2017 ਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਸੀਟ ਬਦਲ ਕੇ ਲਹਿਰੇ ਤੋਂ ਜਾ ਕੇ MLA ਬਣੇ, 2019 ਦੇ ਵਿੱਚ ਫਿਰ ਤੁਸੀਂ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਹੋ ਤੇ ਫਿਰ ਤੁਸੀਂ ਬਾਅਦ ਜਾ ਕੇ ਪਾਰਟੀ ਛੱਡਦੇ ਹੋ। ਅੱਜ ਤੁਸੀਂ ਜਿਹੋ ਜਿਹੀਆਂ ਗੱਲਾਂ ਕਰਦੇ ਹੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਉਹਨਾਂ ਦੀ ਜੁੰਡਲੀ ਨੇ ਇਹ ਜਿਹੜੀ ਹੈਗੀ ਹੈ ਬੇਅਦਬੀ ਕਰਾਈ, ਰੱਬ ਨੂੰ ਜਾਣ ਦੇਣੀ ਹੈ। ਇਸ ਕਰਕੇ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਰੱਬ ਨੂੰ ਲੱਗਦੀ ਹੋਵੇ ਜਾਂ ਗੁਰੂ ਮਹਾਰਾਜ ਨੂੰ ਲੱਗਦੀ ਹੋਵੇ। ਅੱਜ ਤਾਂ ਦੋਨੋਂ ਸਰਕਾਰਾਂ ਦੀ ਸਿੱਟ ਨੇ ਵੀ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਪਾਕ ਤੇ ਬਰੀ ਕਰਤਾ ਹੈ ਤੇ ਤੁਸੀਂ ਅੱਜ ਵੀ ਪਤਾ ਨਹੀਂ ਕਿਹੜੀਆਂ ਤਾਕਤਾਂ ਦੇ ਹੱਥ 'ਚ ਖੇਡ ਕੇ ਕਿਹੋ ਜੀਆਂ ਭੈੜੀਆਂ ਗੱਲਾਂ ਕਰ ਰਹੇ ਹੋ, ਇਹ ਅੱਤ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀ ਇਸ ਮਸਲੇ ਤੇ ਉੱਪਰ ਗੱਲਬਾਤ ਕਰਦਿਆਂ ਹੋਇਆਂ ਸੁਖਵੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਉੱਪਰ ਵੱਡੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਬਾਦਲ ਪਰਿਵਾਰ ਦੀ ਸਰਕਾਰ ਦੇ ਸਮੇਂ ਤੇ ਇਹ ਸਭ ਕੁਝ ਵਾਪਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਸੁਖਵੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਟੀਮ ਹੀ ਜ਼ਿੰਮੇਵਾਰ ਹੈ। ਅਤੇ ਇਸੇ ਬਿਆਨ ਦੇ ਉੱਪਰ ਚਰਨਜੀਤ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਤਿੱਖੇ ਜਵਾਬ ਦਿੱਤੇ ਗਏ ਨੇ।